ਗੁੱਡ ਮੌਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਆਪਣੀ ਇੰਗਲਿਸ਼ ਦੀ ਬੁੱਕ ਸਟਾਰਟ ਪ੍ਰੋਸ ਇੰਗਲਿਸ਼ ਮੇਨ ਕੋਰਸ ਬੁੱਕ ਪ੍ਰੋਸਤ ਇਹ ਹੈਗੇ ਸਾਡੇ ਸ਼ੋਰਟ ਕੁਐਸ਼ਨ ਆਨਸਰ ਜਿਹੜੇ ਕਿ ਹਨ ਪੰਜ ਆਣਗੇ ਤੇ ਇਹ ਅਸੀਂ ਤਿੰਨ ਕਰਨੇ ਨੇ ਜਿਹੜੇ 2-2 ਨੰਬਰਾਂ ਦੇ ਹੋਣਗੇ ਸਾਡਾ ਪਹਿਲਾ ਲੈਸਨ ਹੈ ਦਾ ਹੈਪੀ ਪ੍ਰਿੰਸ ਤੇ ਬੇਟਾ ਇਹਦਾ ਪਹਿਲਾ ਕੁਐਸ਼ਨ ਹੈ ਕਹਿੰਦਾ ਕਿ ਵੇਅਰ ਡਿਡ ਦਾ ਸਟੈਚੂ ਆਫ ਹੈਪੀ ਪ੍ਰਿੰਸ ਸਟੈਂਡ ਕਹਿੰਦਾ ਕਿ ਜਿਹੜਾ ਹੈਪੀ ਪ੍ਰਿੰਸ ਦਾ ਸਟੈਚੂ ਉਹ ਕਿੱਥੇ ਸਟੈਂਡ ਕੀਤਾ ਗਿਆ ਕਿੱਥੇ ਖੜਾ ਕੀਤਾ ਗਿਆ ਸੀ ਸਾਡਾ ਆਨਸਰ ਹੈ the statue of happy prince stood on a high column above the city ਕਹਿੰਦਾ ਕਿ ਹੈਪੀ ਪ੍ਰਿੰਸ ਦਾ ਬੁੱਤ ਸਹਿਰ ਦੇ ਉੱਪਰ ਇੱਕ ਉੱਚੇ ਥੰਮ ਤੇ ਖੜਾ ਕੀਤਾ ਗਿਆ ਸੀ ਨੈਕਸਟ ਹੈ ਹਾਊ ਵਾਜ਼ ਦਾ ਸਟੈਚੂ ਡੈਕੋਰੇਟਿਡ ਕਹਿੰਦੇ ਕਿ ਜਿਹੜਾ ਬੁੱਤ ਸੀ ਉਹਨੂੰ ਕਿਵੇਂ ਸਜਾਇਆ ਗਿਆ ਹਾਡ ਆਨਸਰ ਹੈ ਦਾ ਸਟੈਚੂ ਵਾਜ਼ ਡੈਕੋਰੇਟਿਡ ਵਿਦ ਥਿਨ ਲੀਵਸ ਆਫ ਫਾਈਨ 골ਡ ਕਹਿੰਦੇ ਕਿ ਮੂਰਤੀ ਨੂੰ ਸੋਨੇ ਦੇ ਪਤਲੇ ਪਤਲੇ ਜਿਹੜੇ ਪੱਤੀਆਂ ਦੇ ਨਾਲ ਸਜਾਇਆ ਗਿਆ ਇਟ ਹੈਡ ਟੂ ਬ੍ਰਾਈਟ ਸਫਾਇਰ ਫੋਰ ਇਟ ਇਸ ਆਇਸ ਤੇ ਉਹਦੀਆਂ ਅੱਖਾਂ ਦੇ ਵਾਸਤੇ ਦੋ ਚਮਕਦੇ ਚਮਕਦਾਰ ਜਿਹੜੇ ਹੀ ਨੀਲਮ ਵਰਤੇ ਗਏ देयर ਵਾਸ देयर ਵਾਸ ਅ ਲਾਰਜ ਰੈਡ ਰੂਬੀ ਔਨ ਇਟ ਇਸ ਸਵਰਡ ਹਿਲਟ ਤੇ ਉਹਦੇ ਤਰਵਾਰ ਦੀ ਨੋਕ ਤੇ ਇਹ ਦੋ ਇਹ ਮਤਲਬ ਤਰਵਾਰ ਦੀ ਨੋਕ ਤੇ ਇੱਕ ਵੱਡਾ ਜਿਹਾ ਲਾਲ ਰੂਬੀ ਲਗਾਇਆ ਗਿਆ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕਿ ਵੇਅਰ ਵਾਸ ਦਾ ਸਵੈਲੋ ਗੋਇੰਗ ਕਹਿੰਦੇ ਕਿ ਜਿਹੜਾ ਸਵੈਲੋ ਹੈ ਉਹ ਕਿੱਥੇ ਜਾ ਰਿਹਾ ਸੀ ਹਾ ਡਾਂਸਰ ਹੈ ਦਾ ਸਵੈਲੋ ਵਾਇਸ ਗੋਇੰਗ ਟੂ ਦਾ ਇਜੀਪਟ ਕਹਿੰਦੇ ਕਿ ਜਿਹੜਾ ਸਵੈਲੋ ਹੈ ਉਹ ਮਿਸਰ ਜਾ ਰਿਹਾ ਹੈ ਹਿਸ ਫਰੈਂਡ ਹੈਡ ਆਲਰੇਡੀ ਗੋਇੰਗ ਟੂ ਇਜੀਪਟ ਕਹਿੰਦੇ ਕਿ ਉਹਨਾਂ ਦੇ ਦੋਸਤ ਪਹਿਲੇ ਹੀ ਇਜੀਪਟ ਮਤਲਬ ਮਿਸਰ ਜਾ ਚੁੱਕੇ ਸਨ ਨੈਕਸਟ ਹੈ ਵਾਈ ਡਿਡ ਦਾ ਸਵੈਲੋ ਪੁਟ ਅਪ ਬਿਟਵੀਨ ਦਾ ਫੀਟ ਆਫ ਦਾ ਹੈਪੀ ਪ੍ਰਿੰਸ ਕਹਿੰਦਾ ਕਿ ਜਿਹੜਾ ਸਵੈਲੋ ਹੈ ਉਹਨੂੰ ਹੈਪੀ ਪ੍ਰਿੰਸ ਦੇ ਫੁੱਟ ਦੇ ਵਿਚਕਾਰ ਮਤਲਬ ਪੈਰਾਂ ਦੇ ਵਿਚਕਾਰ ਕਿਉਂ ਰੱਖਿਆ ਗਿਆ ਹਾਂ ਡਾਂਸਰ ਹੈ ਦਸ ਵੈਲੋ ਪੁੱਟ ਅਪ ਬਿਟਵੀਨ ਫੀਡ ਆਫ ਅ ਹੈਪੀ ਪ੍ਰਿੰਸ ਬਿਕੋਜ਼ ਇਟ ਵਾਜ਼ ਅ ਫਾਈਨ ਪਲੇਸ ਵਿਦ ਪਲੈਂਟੀ ਆਫ ਫਰੈਸ਼ 에ਅਰ ਕਹਿੰਦੇ ਕਿ ਜਿਹੜਾ ਸਵੈਲੋ ਹੀ ਉਹਨੂੰ ਹੈਪੀ ਪ੍ਰਿੰਸ ਦੇ ਪੈਰਾਂ ਵਿੱਚਕਾਰ ਇਸ ਕਰਕੇ ਰੱਖਿਆ ਗਿਆ ਕਿਉਂਕਿ ਇਹ ਇੱਕ ਬਹੁਤ ਤਾਜ਼ੀ ਹਵਾ ਦੇ ਆਣ ਜਾਣ ਵਾਸਤੇ ਬਹੁਤ ਹੀ ਵਧੀਆ ਪਲੇਸ ਸੀ ਬਹੁਤ ਹੀ ਜਗ੍ਹਾ ਵਧੀਆ ਜਗ੍ਹਾ ਹੈ ਜਾਂ ਤੁਸੀਂ ਇਸ ਤਰ੍ਹਾਂ ਕਹਿ ਲਓ ਕਿਉਂਕਿ ਤਾਜ਼ੀ ਹਵਾ ਲਈ ਇਹ ਇੱਕ ਵਧੀਆ ਜਗ੍ਹਾ ਸੀ ਨੈਕਸਟ ਹੈ ਵੇਅਰ ਵਰ ਦਾ ਡ੍ਰੋਪਸ ਕਮਿੰਗ ਫਰੋਮ ਕਹਿੰਦੇ ਕਿ ਬੂੰਦਾ ਕਿੱਥੋਂ ਆ ਰਹੀਆਂ ਸਨ ਹਾ ਅਨਸਰ ਹੈ ਦਾ ਡ੍ਰੋਪਸ ਵਰ ਕਮਿੰਗ ਫਰੋਮ ਦਾ ਆਈਜ਼ ਆਫ ਦਾ ਹੈਪੀ ਪ੍ਰਿੰਸਸ ਸਟੈਚੂ ਕਹਿੰਦੇ ਕਿ ਜਿਹੜੀਆਂ ਬੂੰਦਾ ਸੀ ਉਹ ਹੈਪੀ ਪ੍ਰਿੰਸ ਦੇ ਬੁੱਤ ਵਿੱਚੋਂ ਆ ਰਹੀਆਂ ਸਨ ਵਾਈ ਵਾਸ ਦਾ ਹੈਪੀ ਪ੍ਰਿੰਸ ਕਰਾਇੰਗ ਤੇ ਕਹਿੰਦੇ ਕਿ ਜਿਹੜਾ ਹੈਪੀ ਪ੍ਰਿੰਸ ਸੀ ਉਹ ਕਿਉਂ ਰੋ ਰਿਹਾ ਸੀ ਹਾ ਅਨਸਰ ਕੀ ਹੈ ਦਾ statue of the happy prince had been set up so high that he could see the problem of the city people kende ke happy prince da booth inna uchcha sthapit kita gaya si ke oh shahar wasiyan diyan sariyan problems nu dekh sakda hi samasyaavan nu dekh sakda he the sorrow and miseries of the city people made him cry ਇੰਦਕੇ ਸ਼ਹਿਰ ਦੇ ਲੋਕਾਂ ਦੇ ਦੁੱਖ ਤੇ ਦਰਦਾਂ ਨੇ ਉਸ ਨੂੰ ਰੁਵਾ ਦਿੱਤਾ ਮਤਲਬ ਉਹ ਲੋਕਾਂ ਦੇ ਦੁੱਖ ਦਰਦ ਮਤਲਬ ਵੇਖਦਾ ਸੀ ਤੇ ਇਸ ਕਰਕੇ ਉਹ ਰੋ ਪਿਆ ਜੋ ਉਹਨੂੰ ਰੁਵਾ ਦਿੱਤਾ ਅੱਗੇ ਕਹਿੰਦੇ ਡਿਸਕ੍ਰਾਈਬ ਦਾ ਸੀਮ ਸਿਮ ਸਟ੍ਰੈਸ ਇਨ ਦਾ ਵਰਲਡ ਆਫ ਦਾ ਪ੍ਰਿੰਸਰ ਕਹਿੰਦੇ ਕਿ ਜਿਹੜਾ ਹੈਗਾ ਹੈ ਰਾਜਕੁਮਾਰ ਦੇ ਸ਼ਬਦਾਂ ਵਿੱਚ ਜਿਹੜਾ ਸੀਮ ਸਟ੍ਰੈਸ ਦਾ ਵਰਣਨ ਕਰੋ ਕਿਸ ਤਰ੍ਹਾਂ ਦਾ ਹੈ ਹਾਡਾ ਆਨਸਰ ਕੀ ਹੈ ਸਿਮਸ ਰੈਸ ਦਾ ਸਿਮਸ ਰੈਸ ਹੈਡ ਅ ਥਿਨ ਐਂਡ ਵੌਨ ਫੇਸ ਕਹਿੰਦੇ ਕਿ ਜਿਹੜਾ ਸਿਮਸ ਰੈਸ ਸੀ ਉਹਦਾ ਚਿਹਰਾ ਪਤਲਾ ਤੇ ਖਰਾਬ ਹੋਇਆ ਸੀ ਹਰ ਹੈਂਡ ਹੈਂਡਸ ਵਰ ਕੋਰਡਸ ਐਂਡ ਰੈਡ ਵਿਦ ਵਰ ਆਲ ਪ੍ਰਿਕਡ ਬਾਈ ਦਾ ਨੀਡ ਕਹਿੰਦੇ ਕਿ ਉਹਦੇ ਹੱਥ ਲਾਲ ਹੋ ਚੁੱਕੇ ਸਨ ਤੇ ਇਸ ਤਰ੍ਹਾਂ ਜਾਪਦਾ ਹੀ ਜਿਵੇਂ ਉਹਦੇ ਹੱਥਾਂ ਤੇ ਸੂਈਆਂ ਜੜੀਆਂ ਹੀ ਉਹ ਚੁਭਾਈਆਂ ਹੋਣ ਜਾਂ ਚੁਭੀਆਂ ਹੋਣ ਠੀਕ ਹੈ ਸੀ ਵਾਸ ਏਮਬਰਾਇਡਰਿੰਗ ਫਲਾਵਰ ਔਨ ਏ ਸਾਰਟਨ ਗਾਉਨ ਕਹਿੰਦੇ ਕਿ ਉਹ ਸਾਰਟਨ ਗਾਉਨ ਤੇ ਕਢਾਈ ਕਰ ਰਹੀ ਸੀ ਠੀਕ ਹੈ ਬੇਟਾ ਇਹ ਜਿਹੜੇ ਲੇਡੀ ਐ ਤੇ ਇਹ ਕਢਾਈ ਕਰ ਰਹੀ ਸੀ ਠੀਕ ਹੈ ਬੇਟਾ ਅੱਗੇ ਗਿਆ ਵਾਈ ਵਾਸ ਦਾ ਸੀਮ ਸਟ੍ਰੈਸ ਲਿਟਲ ਬாய் ਕਰਾਇੰਗ ਕਹਿੰਦੇ ਕਿ ਜਿਹੜੇ ਸੀਮ ਸਟ੍ਰੈਸ ਸੀ ਉਹਦਾ ਛੋਟਾ ਬੱਚਾ ਕਿਉਂ ਰੋ ਰਿਹਾ ਸੀ ਹਰ ਆਨਸਰ ਹੈ ਦਾ ਸੀਮ ਸਟ੍ਰੈਸ ਲੀਟਲ ਬாய் ਵਾਸ ਇਲ ਕਹਿੰਦੇ ਕਿ ਸੀਮ ਸਟ੍ਰੈਸ ਦਾ ਜਿਹੜਾ ਛੋਟਾ ਬੱਚਾ ਸੀ ਉਹ ਬਿਮਾਰ ਸੀ ਹੀ ਵਾਸ ਸਫਰਿੰਗ ਫਰੋਮ ਫੀਵਰ ਉਹ ਬੁਖਾਰ ਤੋਂ ਬੀਰਤ ਸੀ ਹੀ ਵਾਸ ਆਸਕਿੰਗ ਹਿਸ ਮਦਰ ਟੂ ਗਿਵ ਹਿਮ ਔਰੇਂਜ ਉਹਨੇ ਆਪਣੀ ਮਾਤਾ ਨੂੰ ਕਿਹਾ ਕਿ ਮੈਨੂੰ ਔਰੇਂਜ ਦਿਓ ਬਟ ਮਤਲਬ ਸੰਤਰੇ ਦਿਓ ਬਟ ਹਿਸ ਮਦਰ ਹੈਡ ਨਥਿੰਗ ਟੂ ਗਿਵ ਹਿਮ ਪਰ ਉਹਦੀ ਮੰਮਾ ਦੇ ਕੋਲ ਉਹਦੀ ਮਦਰ ਦੇ ਕੋਲ ਉਸ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਸੀ ਸੋ ਹੀ ਵਾਸ ਕਰਾਇੰਗ ਇਸ ਕਰਕੇ ਉਹ ਰੋਣ ਲੱਗ ਪਿਆ ਨੈਕਸਟ ਕੁਐਸਚਨ ਹੈ ਕਹਿੰਦੇ ਹਾਊ ਡਿਡ ਦ ਬੋਥ ਦਾ ਹੈਪੀ ਪ੍ਰਿੰਸ ਐਂਡ ਦਾ ਸਵੈਲੋ ਹੈਲਪ ਦਾ ਸੀਮ ਸਟ੍ਰੈਸ ਕਹਿੰਦੇ ਕਿ ਮਤਲਬ ਹੈਪੀ ਪ੍ਰਿੰਸ ਨੇ ਤੇ ਸਵੈਲੋ ਨੇ ਸੀਮ ਸਟ੍ਰੈਸ ਦੀ ਮਦਦ ਕਿਵੇਂ ਕੀਤੀ ਦੋਵਾਂ ਜਾਣਿਆ ਨੇ ਹਾ ਅਨਸਰ ਕੀ ਹੈ ਦਾ ਹੈਪੀ ਪ੍ਰਿੰਸ ਆਸਕਡ ਦਾ ਸਵੈਲੋ ਟੂ ਪਲਕ the ruby out of his sword hilt and give it to the seamsters kende ki happy princess ne is value nu kya Ky, oh, oh, the the ke oh ohdi talwar di nok ton ruby laake seamster nu de do this value picked out the ruby and give to the seamstress kende ki is tarah se value ne ਜਿਹੜਾ ਇਹ ਤਲਵਾਰ ਦੀ ਨੋਕ ਤੋਂ ਰੂਬੀ ਲਾ ਲਿਆ ਤੇ ਸੀ ਸਟ੍ਰੈਸ ਨੂੰ ਦੇ ਦਿੱਤਾ ਦਸ ਦੇ ਹੈਲਪਡ ਹਰ ਇਸ ਤਰ੍ਹਾਂ ਉਹਨਾਂ ਨੇ ਉਹਦੀ ਮਦਦ ਕੀਤੀ ਨੈਕਸਟ ਹੈ ਕਹਿੰਦੇ ਵਾਈ ਡਿਡ ਦਾ ਸਵੈਲੋ ਫੀਲ ਵਾਰਮ ਮਤਲਬ ਜਿਹੜਾ ਸਵੈਲੋ ਹੀ ਉਹ ਕਿ ਮਤਲਬ ਕਿਸ ਤਰ੍ਹਾਂ ਮਤਲਬ ਉਹ ਕਰ ਰਿਹਾ ਸੀ ਗਰਮੈਸ਼ ਕਿਉਂ ਫੀਲ ਕਰ ਰਿਹਾ ਸੀ ਕਿਸ ਤਰ੍ਹਾਂ ਉਹਨੂੰ ਨਿਗ ਫੀਲ ਹੋਇਆ ਤਹਾਡਾ ਆਨਸਰ ਕੀ ਹੈ ਬਿਕੋਸ ਦਸ ਵੈਲਿਊ ਹੈਡ ਡਨ ਅ ਗੁੱਡ ਡੀਡ ਕਿਉਂਕਿ ਉਹਨੇ ਸੀਮਸਟਰ ਦੀ ਹੈਲਪ ਉਹ ਕਰਕੇ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਦ ਥਾਟ ਆਫ ਇਟ ਮੇਡ ਹਿਮ ਫੀਲ ਵਾਰਮ ਤੇ ਇਹ ਦੇ ਵਿਚਾਰ ਨੇ ਇਸ ਦੇ ਮਤਲਬ ਉਹਨੇ ਚੰਗਾ ਕੰਮ ਕੀਤਾ ਤੇ ਇਹ ਜਿਹੜਾ ਖਿਆਲ ਹੀ ਉਹਦੇ ਮਨ ਆਇਆ ਤੇ ਉਹਨੂੰ ਨਿਗ ਮਹਿਸੂਸ ਹੋਇਆ ਮਤਲਬ ਚੰਗਾ ਮਹਿਸੂਸ ਹੋਇਆ ਜਦੋਂ ਕਹੇ ਨਾ ਨੇਕੀ ਕਰੋ ਤੁਹਾਨੂੰ ਅੰਦਰ ਅੰਦਰੂਨੀ ਖੁਸ਼ੀ ਮਿਲਦੀ ਹੈ ਉਸੇ ਤਰ੍ਹਾਂ ਜਿਹੜੀ ਇਸ ਲੋ ਨੂੰ ਮੇਂ ਖੁਸ਼ੀ ਪ੍ਰਾਪਤ ਹੋਈ ਨੈਸਟ ਹੈ ਕਹਿੰਦੇ ਵਾਟ ਟ੍ਰਬਲ ਦਾ ਜੰਗ ਮੈਨ ਇਨ ਦਾ ਗੈਟਰ ਗੈਰਟ ਸੋਰੀ ਕਹਿੰਦੇ ਕਿ ਗੈਰਟ ਵਿੱਚ ਜ ਗੈਰਟ ਹੀ ਉਹਦੇ ਵਿੱਚ ਨੌਜਵਾਨ ਨੂੰ ਕਿਸ ਗੱਲ ਨੇ ਪਛਾਣ ਕੀਤਾ ਮਤਲਬ ਕਿਹੜੀ ਗੱਲ ਤੋਂ ਉਹ ਪੀੜਤ ਸੀ ਜਾਂ ਗੈਰਟ ਵਿੱਚ ਕਿਹੜੀ ਗੱਲ ਨੇ ਨੌਜਵਾਨ ਨੂੰ ਪਰੇਸ਼ਾਨ ਕੀਤਾ ਤਹਾ ਅਨਸਰ ਕੀ ਹੈ ਦਾ ਜੰਗ ਮੈਨ ਇਨ ਦਾ ਗੈਰਟ ਵਾਸ ਅ ਪੋਰ ਪਲੇ ਰਾਈਟਰ ਕਹਿੰਦੇ ਕਹਿੰਦੇ ਕਿ ਜਿਹੜਾ ਨੌਜਵਾਨ ਹੀ ਜਿਹੜਾ ਗੈਰਟ ਵਿੱਚ ਨੌਜਵਾਨ ਹੀ ਉਹ ਇੱਕ ਬਹੁਤ ਗਰੀਬ ਨਾਟਕਕਾਰ ਸੀ ਠੀਕ ਹੈ ਗੈਰਟ ਗੈਰਟ ਵਿੱਚ ਜਿਹੜਾ ਨੌਜਵਾਨ ਹੀ ਇੱਕ ਗਰੀਬ ਨਾਟਕਕਾਰ ਸੀ ਨੈਕਸਟ ਹੈ ਕਹਿੰਦੇ ਹੀ ਵਾਸ ਟ੍ਰਾਈਂਗ ਟੂ ਫਿਨਿਸ਼ ਅ ਪਲੇ ਇਨ ਦਾ ਕੋਲਡ ਨਾਈਟ ਕਹਿੰਦਾ ਕਿ ਉਹ ਸਰਦੀ ਦੀ ਰਾਤ ਨੂੰ ਆਪਣਾ ਨਾਟਕ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬਟ ਥੇਰ ਵਾਸ ਨੋ ਫਾਇਰ ਇਨ ਦਾ ਗ੍ਰੇਟ ਐਂਡ ਹੰਗਰ ਹੈਡ ਮੇਡ ਹਿਮ ਫੈਟ ਕਹਿੰਦੇ ਕਿ ਪਰ ਜਿਹੜੇ ਗੈਰਟ ਵਿੱਚ ਅੱਗ ਨਹੀਂ ਸੀ ਤੇ ਭੁੱਖ ਨੇ ਵੀ ਉਸ ਨੂੰ ਕੀ ਕੀਤਾ ਬੇਚੈਨ ਕਰ ਦਿੱਤਾ ਜਾਂ ਬੇਹੋਸ਼ ਕਰ ਦਿੱਤਾ ਅਗੇਗਾ ਹਾਊ ਵਾਸ ਦਾ ਜੰਗਮੈਨ ਹੈਲਪਡ ਕਹਿੰਦੇ ਕਿ ਨੌਜਵਾਨ ਦੀ ਮਦਦ ਕਿਵੇਂ ਕੀਤੀ ਗਈ ਠੀਕ ਹੈ ਕਿਸ ਤਰ੍ਹਾਂ ਉਹਨਾਂ ਨੇ ਨੌਜਵਾਨ ਦੀ ਮਦਦ ਕੀਤੀ ਹਾ ਅਨਸਰ ਕੀ ਹੈ ਦਾ ਹੈਪੀ ਪ੍ਰਿੰਸ ਆਰਡਰਡ ਦਾ ਸਵੈਲੋ ਟੂ ਪਲਕ ਆਊਟ ਦਾ ਸੈਫਾਇਰ ਫਰੋਮ ਹਿਸ ਆਈਜ਼ ਐਂਡ ਗਿਵ ਇਟ ਟੂ ਦਾ ਜੰਗਮੈਨ ਕਹਿੰਦੇ ਹੈਪੀ ਪ੍ਰਿੰਸ ਨੇ ਸਵੈਲੋ ਨੂੰ ਹੁਕਮ ਦਿੱਤਾ ਕਿ ਉਹ ਉਹਦੀ ਇੱਕ ਅੱਖ ਤੋਂ ਕੱਢ ਕੇ ਨੀਲਮ ਜਿਹੜਾ ਹੈ ਉਹ ਜੰਗ ਆਦਮੀ ਨੂੰ ਦੇ ਦੇਵੇ ਦਸ ਵੈਲੋ ਡਿਡ ਦਾ ਸੇਮ ਤੇ ਸਵੈਲੇ ਨੇ ਉਸੇ ਤਰ੍ਹਾਂ ਕੀਤਾ ਮਤਲਬ ਹੈਪੀ ਪ੍ਰਿੰਸ ਦੀ ਆਇਜ਼ ਵਿੱਚੋਂ ਨੀਲਮ ਕੱਢ ਕੇ ਦੇ ਦਿੱਤਾ ਦਸ ਦੇ ਹੈਟ ਦਾ ਜੰਗਮੈਨ ਇਸ ਤਰ੍ਹਾਂ ਉਸਨੇ ਜਾਂ ਉਹਨਾਂ ਨੇ ਜੰਗਮੈਨ ਦੀ ਜਵਾਨ ਲੜਕੇ ਦੀ ਮਤਲਬ ਨੌਜਵਾਨ ਦੀ ਹੈਲਪ ਕੀਤੀ ਮੈਸ ਹੈ ਕਹਿੰਦੇ ਵਾਈ ਵਾਸ ਦਾ ਮੈਚ ਗਰਲ ਕਰਾਇੰਗ ਹੁਣ ਕਹਿੰਦੇ ਕਿ ਜਿਹੜੀ ਮੈਚ ਗਰਲ ਹੀ ਉਹ ਕਿਉਂ ਰੋ ਰਹੀ ਸੀ ਹਾਡ ਅਨਸਰ ਕੀ ਹੈ ਦਾ ਮੈਚ ਗਰਲ ਮਚਸ ਹੈਡ ਫੈਲਨ ਇਨ ਦਾ ਗੜ ਐਂਡ ਦੇ ਵਰ ਆਲ ਸਪੋਇਲਡ ਕਹਿੰਦੇ ਕਿ ਜਿਹੜੇ ਮੈਚ ਗਰਲ ਹੀ ਉਹਦੀਆਂ ਸਾਰੀ ਮਾਚਸ ਜਿਹੜੀਆਂ ਹੀ ਗੜਰ ਵਿੱਚ ਡਿੱਗ ਪਈਆਂ ਤੇ ਨਸ਼ਟ ਹੋ ਗਈਆਂ ਸ਼ੀ ਨਾਉ ਇਫ ਸ਼ੀ ਡਿਡ ਨੋਟ ਬ੍ਰਿੰਗ ਹੋਮ ਸਮ ਮਨੀ ਕਹਿੰਦੀ ਉਹ ਜਾਣਦੀ ਸੀ ਕਿ ਜੇਕਰ ਉਹ ਕੁਝ ਪੈਸੇ ਕਮਾ ਕੇ ਆਪਣੇ ਘਰ ਨਹੀਂ लेके जावेगी हर फादर वुड बीट हर तो ओदा पिता ओनु मारेगा देयरफॉर शी वाज क्राइंग यस कर के ओ रो रही सी नेक्स्ट ਹਟ ਕੁਐਸਚਨ ਆ ਜਾਂਦਾ ਹੈ ਕਹਿੰਦੇ ਦਾ ਸਵੈਲੋ ਸੈਡ ਟੂ ਦਾ ਪ੍ਰਿੰਸ ਆਈ ਵਿਲ ਸਟੇ ਵਿਦ ਯੂ ਆਲਵੇਜ ਵਾਈ ਕਹਿੰਦਾ ਕਿ ਜਦ ਸਵੈਲੋ ਹੀ ਉਹਨੇ ਪ੍ਰਿੰਸ ਨੂੰ ਕਿਹਾ ਕਿ ਮੈਂ ਹਮੇਸ਼ਾ ਤੇਰੇ ਨਾਲ ਖੜਾ ਰਵਾਂਗਾ ਇਹ ਉਹਨੇ ਕਿਉਂ ਕਿਆ ਠੀਕ ਹੈ ਹਰ ਆਨਸਰ ਕੀ ਹੈ ਦਾ ਪ੍ਰਿੰਸ ਹੈਡ গিਵਨ ਬੋਥ ਦਾ ਸਫਾਇਰ ਫਰੋਮ ਹਿਸ ਆਇਜ਼ ਫੋਰ ਦਾ ਮੈਚ ਗਰਲ ਐਂਡ ਪਲੇ ਰਾਈਟ ਸੋ ਹੀ ਵਾਸ ਨਾਓ ਬਲਾਈਂਡ ਕਹਿੰਦੇ ਕਿ ਪ੍ਰਿੰਸ ਨੇ ਆਪਣੀਆਂ ਦੋਵਾਂ ਅੱਖਾਂ ਦੇ ਵਿੱਚੋਂ ਨੀਲਮ ਕੱਢ ਕੇ ਜਿਹੜੇ ਕਿ ਉਹਦੇ ਅੱਖਾਂ ਦੇ ਵਿੱਚ ਨੀਲਮ ਜੜੇ ਹੀ ਉਹ ਕੱਢ ਕੇ ਮੈਚ ਗਰਲ ਨੂੰ ਤੇ ਜਿਹੜਾ ਗਰੀਬ ਨਾਟਕਕਾਰ ਹੀ ਉਹਨੂੰ ਦੇ ਦਿੱਤਾ ਤੇ ਉਹ ਇਸ ਕਰਕੇ ਕੀ ਹੋ ਗਿਆ ਅੰਨਾ ਹੋ ਗਿਆ ਦ ਸਵੈਲੋ ਫੈਲਟ கிரேਟ সিমਟੀ ਫੋਰ ਦਾ ਪ੍ਰਿੰਸ ਤੇ ਕਹਿੰਦੇ ਕਿ ਸਵੈਲੋ ਨੂੰ ਬਹੁਤ ਜ਼ਿਆਦਾ ਹਮਦਰਦੀ ਪ੍ਰਿੰਸ ਨਾਲ 댓 ਇਜ਼ ਵਾਈ ਹੀ ਡਿਸਾਈਡ ਟੂ ਸਟੇ ਵਿਦ ਦਾ ਪ੍ਰਿੰਸ ਫੋਰ ਇਵਰ ਕਹਿੰਦੇ ਕਿ ਇਸ ਕਰਕੇ ਉਹਨੇ ਡਿਸਾਈਡ ਕੀਤਾ ਕਿ ਉਹ ਪ੍ਰਿੰਸ ਨਾਲ ਹਮੇਸ਼ਾ ਖੜਾ ਰਹੇਗਾ ਨੈਕਸਟ ਹੈ ਕਹਿੰਦੇ ਹਾਊ ਡਿਡ ਦਾ ਪੋਰ ਸਵੈਲੋ ਮੈਨੇਜ ਟੂ ਲੀਵ ਇਨ ਸੋ ਮੱਚ ਕੋਲਡ ਕਹਿੰਦੇ ਕਿ ਜਿਹੜਾ ਸਵੈਲੋ ਹੀ ਇੰਨੀ ਠੰਡ ਦੇ ਵਿੱਚ ਵੀ ਓਨੇ ਕਿਸ ਤਰ੍ਹਾਂ ਮਤਲਬ ਰਹਿਣਾ ਜਿਹੜਾ ਹੀ ਮੈਨੇਜ ਕੀਤਾ ਜਾਂ ਕਹੋ ਕਿ ਇੰਨੀ ਠੰਡ ਵਿੱਚ ਵੀ ਵਿਚਾਰੇ ਸਵੈਲੋ ਨੇ ਆਪਣੇ ਆਪ ਆਪਣੇ ਰਹਿਣ ਦਾ ਪ੍ਰਬੰਧ ਕਿਵੇਂ ਕੀਤਾ ਆਹ ਆਨਸਰ ਕੀ ਹੈ 10 ਪੋਰਸ ਲਿਟਰ ਸਵੈਲੋ ਟ੍ਰਾਈ ਟੂ ਕੀਮ ਹਿਮਸੈਲਫ ਵਾਰਮ ਬਾਈ ਫਲੈਪਿੰਗ ਹਿਸ ਵਿੰਗਸ ਇਨ ਕੋਲਡ ਕਹਿੰਦੇ ਕਿ ਵਿਚਾਰੇ ਜਿਹੜਾ ਗਰੀਬ ਸਵੈਲੋ ਨੇ ਗਰੀਬ ਛੋਟੇ ਸਵੈਲੋ ਨੇ ਆਪਣੇ ਜਿਹੜੇ ਪੰਖ ਹੀ ਫਲੈਪਿੰਗ ਮਤ ਹੁੰਦਾ ਫੜਫੜਾਉਣਾ ਕਹਿੰਦੇ ਕਿ ਆਪਣੇ ਪੰਖ ਜਿਹੜੇ ਹੀ ਉਹਨੂੰ ਫੜਫੜਾ ਕੇ ਆਪਣੇ ਆਪ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੀ ਗਟ ਸਮਨ ਕਰਪਸ ਟੂ ਈਟ ਐਟ ਦਾ ਬੈਕਰਸ ਡੋਰ ਕਹਿੰਦੇ ਕਿ ਉਹਨੇ ਕੁਝ ਜਿਹੜੇ ਬ੍ਰੈਡ ਹੀ ਉਹਦੇ ਬੈਰਡ ਕ੍ਰਮ ਜਿਹੜੇ ਹੀ ਕ੍ਰਮ ਟੁਕੜੇ ਜਿਹੜੇ ਹੀ ਬੈਕਰ ਦੀ ਦੁਕਾਨ ਤੋਂ ਦਰਵਾਜੇ ਤੋਂ ਵੀ ਲੈ ਲੇ ਖਾਣ ਵਾਸਤੇ ਦੱਸ ਹੀ ਮੈਨੇਜ ਟੂ ਲਿਵ ਇਨ ਸੋ ਮੱਚ ਕੋਲਡ ਕਹਿੰਦੇ ਕਿ ਇਸ ਤਰ੍ਹਾਂ ਜਦੋਂ ਉਹਨੇ ਬੈਕ ਆਪਣੇ ਖਾਣ ਵਾਸਤੇ ਤੇ ਗਰਮੀ ਆਪਣੇ ਆਪ ਨੂੰ ਗਰਮ ਕਰਨ ਵਾਸਤੇ ਆਪਣੇ ਪੰਖਾ ਨੂੰ ਫੜਫੜਾਇਆ ਤੇ ਬੈਕਰ ਦੇ ਦਰਵਾਜੇ ਤੋਂ ਖਾਣ ਲਈ ਕੁਝ ਟੁਕੜੇ ਵੀ ਲੈ ਲੇ ਤੇ ਇਸ ਤਰ੍ਹਾਂ ਉਹ ਇੰਨੀ ਠੰਡ ਵਿੱਚ ਰਹਿਣ ਲਈ ਆਪਣੇ ਆਪ ਨੂੰ ਮਤਲਬ ਰੱਖਣ ਵਾਸਤੇ ਕਾਮਯਾਬ ਹੋ ਗਿਆ ਨੈਕਸਟ ਹੈ ਵਾਈ ਵਾਸ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ ਪੁਲਡ ਡਾਊਨ ਕਹਿੰਦੇ ਕਿ ਹੈਪੀ ਪ੍ਰਿੰਸ ਦੀ ਮੂਰਤੀ ਨੂੰ ਕਿਵੇਂ ਟਾ ਟਾਇਆ ਗਿਆ ਕਿਉਂ ਉਟਾਇਆ ਗਿਆ ਕਹਿੰਦੇ ਕਿ ਵਾਈ ਮਤਲਬ ਕਿਉਂ ਉਟਾਇਆ ਗਿਆ ਕਿ ਹਾਡ ਅਨਸਰ ਕੀ ਹੈ ਦਾ ਸਟੈਚੂ ਆਫ ਹੈਪੀ ਪ੍ਰਿੰਸ ਲੁਕਡ ਵੈਰੀ ਅਗਲੀ as it had lost all its gold its ruby and asafires kende ki jada happy prince da statue hi oh bahut hi padda nazar aan la pya badsurat nazar aan la pya kyonki ohne ohde to sara matlab ohne apne matlab lokan di help karan vaste apna sara gold vi de deta ruby vi de deta te neelam vi de deta hi therefore therefore the measure uh, ordered his man to pull it down ਕਹਿੰਦੇ ਕਿ ਇਸ ਕਰਕੇ ਜਿਹੜਾ ਮੇਅਰ ਹੀ ਸੌਰੀ ਇਸ ਕਰਕੇ ਜਿਹੜਾ ਮੇਅਰ ਹੀ ਉਹਨੇ ਆਪਣੇ ਬੰਦਿਆਂ ਨੂੰ ਮੂਰਤੀ ਹੇਠਾਂ ਖਿੱਚਣ ਦਾ ਹੁਕਮ ਦਿੱਤਾ ਠੀਕ ਹੈ ਨੈਕਸਟ ਹੈ ਕਹਿੰਦੇ ਵਟ ਵਰ ਦਾ ਟੂ ਮੋਸਟ ਪ੍ਰੀਸੀਅਸ ਥਿੰਗਸ ਇਨ ਦਾ ਸਿਟੀ ਕਹਿੰਦੇ ਕਿ ਜਿਹੜਾ ਸਿਟੀ ਹੀ ਸ਼ਹਿਰ ਹੀ ਸ਼ਹਿਰ ਵਿੱਚ ਦੋ ਸਭ ਤੋਂ ਕੀਮਤੀ ਚੀਜ਼ਾਂ ਕਿਹੜੀਆਂ ਸਨ ਹਾ ਡਾਂਸਰ ਕੀ ਹੈ ਦ ਬਰੋਕਨ ਲੀਡ ਹਾਰਟ ਆਫ ਅ ਪ੍ਰਿੰਸ ਹੈਪੀ ਪ੍ਰਿੰਸ ਕਹਿੰਦੇ ਕਿ ਇੱਕ ਕੈੜੀ ਹੀ ਮਤਲਬ ਹੈਪੀ ਪ੍ਰਿੰਸ ਦਾ ਟੁੱਟਿਆ ਲੀਡ ਦਿਲ ਐਂਡ ਐਂਡ ਦਾ ਡੈਡ ਸੈਲੋ ਸਵੈਲੋ ਵਰ ਦਾ ਮੋਸਟ ਪ੍ਰੀਸੀਸ ਥਿੰਕ ਇਨ ਦਾ ਸਿਟੀ ਤੇ ਜਿਹੜਾ ਮਰਿਆ ਹੋਇਆ ਸਵੈਲੋ ਹੀ ਉਹ ਸ਼ਹਿਰ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਹੈ ਇੱਕ ਪ੍ਰਿੰਸ ਦਾ ਦਿਲ ਤੇ ਇੱਕ ਮੜਿਆ ਹੋਇਆ ਸਵੈਲੋ ਸਭ ਤੋਂ ਪ੍ਰੀਸੀਅਸ ਥਿੰਗਸ ਹੈ ਗਿਆ ਹੀ ਸਿਟੀ ਵਿੱਚ ਠੀਕ ਹੈ ਬੇਟਾ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੈਣਾ ਬਹੁਤ ਹੀ ਮਤਲਬ ਸਿੰਪਲ ਹੈ ਤੇ ਇਹਨਾਂ ਨੂੰ ਦੋ ਨੰਬਰਾਂ ਦੇ ਨੇ ਬੇਟਾ ਧਿਆਨ ਨਾਲ ਕਰ ਲਓ ਤੇ ਨੈਕਸਟ ਵੀਡੀਓ 'ਚ ਇਹਦੇ ਉਹ